ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਕਪੂਰਥਲਾ ਤੋਂ ਸੰਗਠਨ ਸਕੱਤਰ ਸ਼ੇਰ ਸਿੰਘ ਮਹੀਵਾਲ ਔਰ ਕੁਲਵਿੰਦਰ ਕੌਰ ਦਾ ਭਰਾ ਬੋਲ ਰਿਹਾ ਜੀ। ਔਰ ਸਭ ਤੋਂ ਪਹਿਲਾਂ ਤਾਂ ਸਾਰੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਔਰ ਬਹੁਤ ਸਾਰੀਆਂ ਸੰਗਤਾਂ ਦੇ ਜਿਹੜੇ ਉਹ ਫੋਨ ਆ ਰਹੇ ਆ, ਅਸੀਂ ਉਹਨਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹਾਂ ਔਰ ਉਹ ਕਹਿ ਰਹੇ ਆ ਵੀ ਅਸੀਂ ਮਾਇਆ ਭੇਜਣੀ ਆ ਜਿੱਦਾਂ ਉਹਨਾਂ ਨੇ ਐਲਾਨ ਕੀਤੇ ਆ। ਔਰ ਮੈਂ ਪਹਿਲਾਂ ਵੀ ਇਹਦੇ ਤੇ ਬੋਲ ਚੁੱਕਾ ਵਾਂ ਕਿ ਸਾਰਾ ਕੁਝ ਜੋ ਕੁਝ ਵੀ ਆ ਕਿਸਾਨੀ ਦੀ ਦੇਣ ਹੈ। ਜੋ ਕੰਗਣਾ ਜੀ ਨੇ ਕਿਸਾਨੀ ਬਾਰੇ ਮਾੜਾ ਚੰਗਾ ਬੋਲਿਆ ਸੀ ਉਹਨਾਂ ਭਾਵਨਾਵਾਂ ਦੇ ਵਿੱਚੋਂ ਹੀ ਇਹ ਸਾਰਾ ਕੁਝ ਹੋਇਆ ਵਾ। ਔਰ ਸੰਗਤ ਨੂੰ ਅਸੀਂ ਬੇਨਤੀ ਕਰਦੇ ਹਾਂ ਵੀ ਜ਼ਿੰਦਗੀ ਔਰ ਮੌਤ ਦੀ ਲੜਾਈ ਜਿਹੜੀ ਆ ਉਹ ਆਪਾਂ ਹਰਿਆਣੇ ਦੇ ਬਾਰਡਰਾਂ ਤੇ ਬਹਿ ਕੇ ਲੜ ਰਹੇ ਹਾਂ। ਜੋ ਵੀ ਤਿਲ ਫੁੱਲ ਦੇਣਾ ਵਾ ਕੁਲਵਿੰਦਰ ਦੇ ਨਾਂ ਤੇ, ਅਸੀਂ ਕਹਿੰਦੇ ਨਾ ਮੁੱਠ ਮੁੱਠ ਛੋਲਿਆਂ ਦੀ ਖਾ ਕੇ ਘੂਰ ਘੂਰ ਮੌਤ ਨੂੰ ਡਰਾਵੇ ਤੇਰਾ ਖਾਲਸਾ, ਦਾਲ ਫੁਲਕੇ ਦੇ ਨਾਲ ਜਿਹੜੀ ਆ ਉਹ ਕਿਸਾਨਾਂ ਮਜ਼ਦੂਰਾਂ ਦੀ ਲੜਾਈ ਲੜ ਰਹੇ ਹਾਂ ਔਰ ਲੜਦੇ ਰਹਾਂਗੇ। ਔਰ ਸੰਗਤ ਦੀਆਂ ਭਾਵਨਾਵਾਂ ਹੀ ਉਹਨਾਂ ਦੀ ਕਦਰ ਕਰਦੇ ਹਾਂ ਕਿਉਂਕਿ ਬਹੁਤ ਸਾਰੇ ਫੋਨ ਆਉਂਦੇ ਆ, ਬਹੁਤ ਔਖਾ ਕਈ ਉਹਨਾਂ ਸਮਝਾਉਣਾ ਪੈਂਦਾ ਵਾ ਕਿ ਨਹੀਂ ਭਾਈ ਇੱਦਾਂ ਨਹੀਂ ਆਪਾਂ ਇੱਦਾਂ ਕਰੀਏ, ਅਸੀਂ ਨਾ ਕਿਸੇ ਨੂੰ ਕੋਈ ਖਾਤਾ ਦਿੱਤਾ ਵਾ ਨਾ ਦੇਵਾਂਗੇ, ਪਰ ਅਸੀਂ ਬੇਨਤੀ ਕਰਦੇ ਹਾਂ ਵੀ ਇਹ ਸਾਰਾ ਕੁਛ ਕਿਸਾਨੀ ਦੇ ਵਿੱਚੋਂ ਨਿਕਲਿਆ ਵਾ। ਜਿਸ ਵੀ ਮੇਰੇ ਵੀਰ ਭਰਾ ਨੇ ਕਿਸੇ ਭੈਣ ਨੇ ਜਿੱਦਾਂ ਬਾਹਰੋਂ ਜਿਹੜੀਆਂ ਵਾ ਸੰਸਥਾਵਾਂ ਬਣੀਆਂ ਹੋਈਆਂ ਵਾ ਉਹਨਾਂ ਨੇ ਮਾਇਆ ਇਕੱਠੀ ਕੀਤੀ ਆ, ਉਹਨਾਂ ਨੂੰ ਬੇਨਤੀ ਆ ਵੀ ਭਾਈ ਤੁਸੀਂ ਚਾਰ ਮੋਰਚੇ ਇਸ ਟਾਈਮ ਚੱਲ ਰਹੇ ਆ, ਰਤਨਪੁਰਾ ਰਾਸਤਾ ਦੇ ਵਿੱਚ ਸ਼ੰਭੂ ਤੇ ਖਨੌਰੀ ਤੇ ਡੱਬ ਵਾਲੇ, ਤੁਸੀਂ ਇਹਨਾਂ ਮੋਰਚਿਆਂ ਦੇ ਵਿੱਚ ਕੁਲਵਿੰਦਰ ਕੌਰ ਦੇ ਨਾਂ ਤੇ ਜਿਹੜੀ ਆ ਉਹ ਮਾਇਆ ਉੱਥੇ ਪਹੁੰਚਾ ਦਿਓ ਕਿਉਂਕਿ ਉੱਥੇ ਅੱਜ ਸਖ਼ਤ ਜ਼ਰੂਰਤ ਆ। ਉੱਥੇ ਪਾਣੀ ਦਾ ਪ੍ਰਬੰਧ ਕਰਨਾ, ਪੱਖਿਆਂ ਦਾ ਕਰਨਾ, ਜਾਂ ਉੱਥੇ ਹੋਰ ਵੀ ਕਈ ਤਰ੍ਹਾਂ ਦੀਆਂ ਜਿਹੜੀਆਂ ਵਾ ਆਪਾਂ ਨੂੰ ਜਿਹੜੀਆਂ ਪਰੇਸ਼ਾਨੀਆਂ ਆਉਂਦੀਆਂ ਵਾ, ਤੇ ਜਿਹੜਾ ਪੈਸੇ ਨਾਲ ਹੱਲ ਹੋਣਾ ਉਹ ਪੈਸੇ ਨਾਲ ਹੀ ਹੋਣਾ ਵਾ। ਦੂਸਰੀ ਬੇਨਤੀ ਆ ਵੀ ਅਸੀਂ ਜੇ ਤੁਸੀਂ ਕਹੋ ਤੇ ਅਸੀਂ ਨਾਲ ਜ਼ਰੂਰ ਖਲੋ ਜਾਾਂਗੇ ਉੱਥੇ, ਪਰ ਮਾਇਆ ਜਿਹੜੀ ਆ ਸਿੱਧੀ ਕਿਸੇ ਦੇ ਕੌਣ ਦੇ ਵਿੱਚ ਨਾ ਪਾਈ ਜਾਵੇ। ਇਹ ਵੀ ਮਾਇਆ ਉੱਥੇ ਮੋਰਚਿਆਂ ਦੇ ਵਿੱਚ ਜਾ ਕੇ ਤੁਸੀਂ ਤੇ ਰਸੀਦ ਕਟਾ ਕੇ ਤੇ ਫਿਰ ਮਾਇਆ ਦੇਣੀ ਆ। ਬੇਸ਼ੱਕ ਆਪਣੇ ਕਿਸੇ ਪਰਿਵਾਰ ਮੈਂਬਰ ਨੂੰ ਮਾਇਆ ਪਾ ਦਿਓ, ਉਹ ਮਾਇਆ ਜਿਹੜੀ ਆ ਉਹ ਆਪ ਜਾ ਕੇ ਮੋਰਚਿਆਂ ਦੇ ਵਿੱਚ ਭਾਵੇਂ ਸ਼ੰਭੂ ਤੇ ਜਾਵੇ, ਖਨੌਰੀ ਜਾਵੇ, ਰਤਨਪੁਰਾ ਰਾਜਸਥਾਨ ਜਾਵੇ, ਡੱਬ ਵਾਲੀ ਜਾਵੇ, ਉੱਥੇ ਮਾਇਆ ਪਹੁੰਚਾਈ ਜਾਵੇ। ਇਸ ਕਰਕੇ ਅਸੀਂ ਬੇਨਤੀ ਕਰਦੇ ਹਾਂ ਕਿ ਸਾਡੀ ਇੰਨੀ ਕੁ ਜਿਹੜੀ ਬੇਨਤੀ ਉਹਨੂੰ ਕਬੂਲ ਕਰੋ। ਸੰਗਤ ਦੇ ਚਰਨਾਂ ਦੇ ਵਿੱਚ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਵੀ ਜਿਹੜਾ ਸੰਗਤਾਂ ਬਹੁਤ ਸਾਰੇ ਫੋਨ ਵੀ ਆਉਂਦੇ ਆ, ਉਹ ਖਾਤਾ ਮੰਗਦੇ ਆ ਜਾਂ ਕਹਿੰਦੇ ਵੀ ਅਸੀਂ ਘਰੇ ਆਉਣਾ ਵਾ, ਸਾਡੀ ਇਹਨੂੰ ਬੇਨਤੀ ਨੂੰ ਪ੍ਰਵਾਨ ਕਰੋ। ਇਹ ਸਾਰਾ ਜਿਹੜੀ ਦੇਣ ਆ ਕਿਸਾਨੀ ਦੀ ਦੇਣ ਆ ਤੇ ਕਿਸਾਨੀ ਮੋਰਚਿਆਂ ਦੇ ਵਿੱਚ ਹੀ ਇਹ ਸਾਰਾ ਕੁਝ ਪਜਾਇਆ ਜਾਵੇ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਕਪੂਰਥਲਾ ਤੋਂ ਸੰਗਠਨ ਸਕੱਤਰ ਸ਼ੇਰ ਸਿੰਘ ਮਹੀਵਾਲ ਔਰ ਕੁਲਵਿੰਦਰ ਕੌਰ ਦਾ ਭਰਾ ਬੋਲ ਰਿਹਾ ਜੀ। ਔਰ ਸਭ ਤੋਂ ਪਹਿਲਾਂ ਤਾਂ ਸਾਰੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਔਰ ਬਹੁਤ ਸਾਰੀਆਂ ਸੰਗਤਾਂ ਦੇ ਜਿਹੜੇ ਉਹ ਫੋਨ ਆ ਰਹੇ ਆ, ਅਸੀਂ ਉਹਨਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹਾਂ। ਔਰ ਉਹ ਕਹਿ ਰਹੇ ਆ ਵੀ ਅਸੀਂ ਮਾਇਆ ਭੇਜਣੀ ਆ ਜਿੱਦਾਂ ਉਹਨਾਂ ਨੇ ਐਲਾਨ ਕੀਤੇ ਆ। ਔਰ ਮੈਂ ਪਹਿਲਾਂ ਵੀ ਇਹਦੇ ਤੇ ਬੋਲ ਚੁੱਕਾ ਵਾਂ ਕਿ ਸਾਰਾ ਕੁਝ ਜੋ ਕੁਝ ਵੀ ਆ ਕਿਸਾਨੀ ਦੀ ਦੇਣ ਹੈ। ਜੋ ਕੰਗਣਾ ਜੀ ਨੇ ਕਿਸਾਨੀ ਬਾਰੇ ਮਾੜਾ ਚੰਗਾ ਬੋਲਿਆ ਸੀ ਉਹਨਾਂ ਭਾਵਨਾਵਾਂ ਦੇ ਵਿੱਚੋਂ ਹੀ ਇਹ ਸਾਰਾ ਕੁਝ ਹੋਇਆ ਵਾ। ਔਰ ਸੰਗਤ ਨੂੰ ਅਸੀਂ ਬੇਨਤੀ ਕਰਦੇ ਹਾਂ ਵੀ ਜ਼ਿੰਦਗੀ ਔਰ ਮੌਤ ਦੀ ਲੜਾਈ ਜਿਹੜੀ ਆ ਉਹ ਆਪਾਂ ਹਰਿਆਣੇ ਦੇ ਬਾਰਡਰਾਂ ਤੇ ਬਹਿ ਕੇ ਲੜ ਰਹੇ ਹਾਂ। ਜੋ ਵੀ ਤਿਲ ਫੁੱਲ ਦੇਣਾ ਵਾ ਕੁਲਵਿੰਦਰ ਦੇ ਨਾਂ ਤੇ, ਅਸੀਂ ਕਹਿੰਦੇ ਨਾ ਮੁੱਠ ਮੁੱਠ ਛੋਲਿਆਂ ਦੀ ਖਾ ਕੇ ਘੂਰ ਘੂਰ ਮੌਤ ਨੂੰ ਡਰਾਵੇ ਤੇਰਾ ਖਾਲਸਾ, ਦਾਲ ਫੁਲਕੇ ਦੇ ਨਾਲ ਜਿਹੜੀ ਆ ਉਹ ਕਿਸਾਨਾਂ ਮਜ਼ਦੂਰਾਂ ਦੀ ਲੜਾਈ ਲੜ ਰਹੇ ਔਰ ਲੜਦੇ ਰਹਾਂਗੇ। ਔਰ ਸੰਗਤ ਦੀਆਂ ਭਾਵਨਾਵਾਂ ਹੀ ਉਹਨਾਂ ਦੀ ਕਦਰ ਕਰਦੇ ਹਾਂ ਕਿਉਂਕਿ ਬਹੁਤ ਸਾਰੇ ਫੋਨ ਆਉਂਦੇ ਆ, ਬਹੁਤ ਔਖਾ ਕਈ ਉਹਨਾਂ ਸਮਝਾਉਣਾ ਪੈਂਦਾ ਵਾ ਵੀ ਨਹੀਂ ਭਾਈ ਇੱਦਾਂ ਨਹੀਂ ਆਪਾਂ ਇੱਦਾਂ ਕਰੀਏ, ਅਸੀਂ ਨਾ ਕਿਸੇ ਨੂੰ ਕੋਈ ਖਾਤਾ ਦਿੱਤਾ ਵਾ ਨਾ ਦੇਵਾਂਗੇ, ਪਰ ਅਸੀਂ ਬੇਨਤੀ ਕਰਦੇ ਹਾਂ ਵੀ ਇਹ ਸਾਰਾ ਕੁਝ ਕਿਸਾਨੀ ਦੇ ਵਿੱਚੋਂ ਨਿਕਲਿਆ ਵਾ। ਜਿਸ ਵੀ ਮੇਰੇ ਵੀਰ ਭਰਾ ਨੇ ਕਿਸੇ ਭੈਣ ਨੇ ਜਿੱਦਾਂ ਬਾਹਰੋਂ ਜਿਹੜੀਆਂ ਵਾ ਸੰਸਥਾਵਾਂ ਬਣੀਆਂ ਹੋਈਆਂ ਵਾ ਉਹਨਾਂ ਨੇ ਮਾਇਆ ਇਕੱਠੀ ਕੀਤੀ ਆ, ਉਹਨਾਂ ਨੂੰ ਬੇਨਤੀ ਆ ਵੀ ਭਾਈ ਤੁਸੀਂ ਚਾਰ ਮੋਰਚੇ ਇਸ ਟਾਈਮ ਚੱਲ ਰਹੇ ਆ, ਰਤਨਪੁਰਾ ਰਾਸਤਾ ਦੇ ਵਿੱਚ ਸ਼ੰਭੂ ਤੇ ਖਨੌਰੀ ਤੇ ਡੱਬ ਵਾਲੇ, ਤੁਸੀਂ ਇਹਨਾਂ ਮੋਰਚਿਆਂ ਦੇ ਵਿੱਚ ਕੁਲਵਿੰਦਰ ਕੌਰ ਦੇ ਨਾਂ ਤੇ ਜਿਹੜੀ ਆ ਉਹ
ਮਾਇਆ ਉੱਥੇ ਪਹੁੰਚਾ ਦਿਓ, ਕਿਉਂਕਿ ਉੱਥੇ ਸਖਤ ਜ਼ਰੂਰਤ ਆ। ਉੱਥੇ ਪਾਣੀ ਦਾ ਪ੍ਰਬੰਧ ਕਰਨਾ, ਪੱਖਿਆਂ ਦਾ ਕਰਨਾ, ਜਾਂ ਉੱਥੇ ਹੋਰ ਵੀ ਕਈ ਤਰ੍ਹਾਂ ਦੀਆਂ ਜਿਹੜੀਆਂ ਵਾ ਆਪਾਂ ਨੂੰ ਜਿਹੜੀਆਂ ਪਰੇਸ਼ਾਨੀਆਂ ਆਉਂਦੀਆਂ ਵਾ, ਤੇ ਜਿਹੜਾ ਪੈਸੇ ਨਾਲ ਹੱਲ ਹੋਣਾ ਪੈਸੇ ਨਾਲ ਹੀ ਹੋਣਾ ਵਾ। ਦੂਸਰੀ ਬੇਨਤੀ ਆ ਵੀ ਅਸੀਂ ਜੇ ਤੁਸੀਂ ਕਹੋ ਤੇ ਅਸੀਂ ਨਾਲ ਜ਼ਰੂਰ ਖਲੋ ਜਾਵਾਂਗੇ ਉੱਥੇ, ਪਰ ਮਾਇਆ ਜਿਹੜੀ ਆ ਸਿੱਧੀ ਕਿਸੇ ਦੇ ਕੌਣ ਦੇ ਵਿੱਚ ਨਾ ਪਾਈ ਜਾਵੇ। ਇਹ ਵੀ ਮਾਇਆ ਉੱਥੇ ਮੋਰਚਿਆਂ ਦੇ ਵਿੱਚ ਜਾ ਕੇ ਤੁਸੀਂ ਤੇ ਰਸੀਦ ਕਟਾ ਕੇ ਤੇ ਫਿਰ ਮਾਇਆ ਦੇਣੀ ਆ। ਬੇਸ਼ੱਕ ਆਪਣੇ ਕਿਸੇ ਪਰਿਵਾਰ ਮੈਂਬਰ ਨੂੰ ਮਾਇਆ ਪਾ ਦਿਓ, ਉਹ ਮਾਇਆ ਜਿਹੜੀ ਆ ਉਹ ਆਪ ਜਾ ਕੇ ਮੋਰਚਿਆਂ ਦੇ ਵਿੱਚ ਭਾਵੇਂ ਸ਼ੰਭੂ ਤੇ ਜਾਵੇ, ਖਨੌਰੀ ਜਾਵੇ, ਰਤਨਪੁਰਾ ਰਾਜਸਥਾਨ ਜਾਵੇ, ਡੱਬ ਵਾਲੀ ਜਾਵੇ, ਉੱਥੇ ਮਾਇਆ ਪਹੁੰਚਾਈ ਜਾਵੇ। ਇਸ ਕਰਕੇ ਅਸੀਂ ਬੇਨਤੀ ਕਰਦੇ ਹਾਂ ਕਿ ਸਾਡੀ ਇੰਨੀ ਕੁ ਜਿਹੜੀ ਬੇਨਤੀ ਉਹਨੂੰ ਕਬੂਲ ਕਰੋ। ਸੰਗਤ ਦੇ ਚਰਨਾਂ ਦੇ ਵਿੱਚ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਵੀ ਜਿਹੜਾ ਸੰਗਤਾਂ ਬਹੁਤ ਸਾਰੇ ਫੋਨ ਵੀ ਆਉਂਦੇ ਆ, ਉਹ ਖਾਤਾ ਮੰਗਦੇ ਆ ਜਾਂ ਕਹਿੰਦੇ ਵੀ ਅਸੀਂ ਘਰੇ ਆਉਣਾ ਵਾ, ਸਾਡੀ ਇਹਨੂੰ ਬੇਨਤੀ ਨੂੰ ਪ੍ਰਵਾਨ ਕਰੋ। ਇਹ ਸਾਰਾ ਜਿਹੜੀ ਦੇਣ ਆ ਕਿਸਾਨੀ ਦੀ ਦੇਣ ਆ ਤੇ ਕਿਸਾਨੀ ਮੋਰਚਿਆਂ ਦੇ ਵਿੱਚ ਹੀ ਇਹ ਸਾਰਾ ਕੁਝ ਪਜਾਇਆ ਜਾਵੇ।